ਯਾਰ ਆ ਸਾਡੀ ਪੰਜਾਬੀ ਮਾਂ ਬੋਲੀ ਕਿਹੜੀ ਨੇ? ਮੈਂ ਵੇਖਾਂ ਮੈਨੂੰ ਊੜਾ ਐੜਾ ਆਉਂਦਾ ਹੈ ਕਿ ਨਹੀਂ। ਊੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਖੱਖਾ ਚੱਕਰ ਕੀ ਆ ਸਾਰਾ ਅੱਜ ਊੜਾ ਐੜਾ ਬੋਲਣ ਲੱਗੇ ਹੋਏ ਹੋ। ਯਾਰ ਆ ਸਾਡੇ ਪੰਜਾਬੀ ਮਾਂ ਬੋਲੀ ਦਾ ਦਿਨ ਹੈ, ਤੁਹਾਨੂੰ ਪਤਾ ਹੈ? ਅੱਛਾ ਸਾਡੀ ਪੰਜਾਬੀ ਮਾਂ ਬੋਲੀ ਦਾ ਦਿਨ ਹੈ। ਯਾਰ ਮੈਂ ਦੇਖ ਲਿਆ ਸਹਿਜ, ਤੁਹਾਨੂੰ ਤਾਂ ਊੜਾ ਐੜਾ ਆਉਂਦਾ ਹੈ। ਯਾਰ ABC ਤਾਂ ਸਾਰੇ ਬੋਲ ਲੈਂਦੇ ਆ, ਤਾਂ ਦੇਖੀਏ ਅੱਜ ਜਾ ਕੇ ਆਪਣੇ ਕਾਲਜ ਵਿੱਚ ਕਿ ਉਹਨਾਂ ਨੂੰ ਇਸ ਦਿਨ ਬਾਰੇ ਪਤਾ ਊੜਾ ਐੜਾ ਆਉਂਦਾ ਕਿ ਨਹੀਂ ਆਉਂਦਾ। ਤੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਅੱਜ ਸਾਡੀ ਪੰਜਾਬੀ ਮਾਂ ਬੋਲੀ ਦਾ ਦਿਨ ਹੈ, ਤੇ ਅਸੀਂ ਚੱਲੀਏ ਅੱਜ ਆਪਣੇ ਕਾਲਜ ਵਿੱਚ ਜਾ ਕੇ ਪੁੱਛੀਏ ਕੁੜੀਆਂ ਤੋਂ ਕਿ ਤੁਹਾਨੂੰ ਊੜਾ ਐੜਾ ਆਉਂਦਾ ਜਾਂ ਇਸ ਦਿਨ ਜਾਂ ਦਿਹਾੜੇ ਬਾਰੇ ਪਤਾ। ਸਹਿਰ ਅੱਜ ਦਾ ਸ਼ਿਕਾਰ ਮਿਲਿਆ ਤੁਹਾਨੂੰ? ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਹੈ ਕਿੱਥੋਂ ਦੇ ਮੈਮ? ਜਲੰਧਰ ਦੇ। ਜਲੰਧਰ ਦੇ? ਤੇ ਮਤਲਬ ਤੁਹਾਨੂੰ ਪੰਜਾਬੀ ਆਉਂਦੀ ਹੈ? ਹਾਂਜੀ। ਪੰਜਾਬੀ ਆਉਂਦੀ ਹੈ। ਸੋ ਤੁਹਾਨੂੰ ਪਤਾ ਅੱਜ ਦਿਨ ਕਿਹੜਾ? ਹਾਂਜੀ। ਕਿਹੜਾ ਦਿਨ? ਅੱਜ ਵੈਡਨਸਡੇ ਹੈ। ਨਹੀਂ ਪਤਾ ਨਹੀਂ ਮੈਨੂੰ। ਪੰਜਾਬੀ ਦੇ ਰਿਲੇਟਿਡ ਹੈ? ਪੰਜਾਬੀ ਦੇ? ਪੰਜਾਬ ਦੇ। ਅੱਜ ਦਾ ਦਿਨ ਕਿਸੇ ਨੂੰ ਪਤਾ ਨਹੀਂ। ਪੰਜਾਬੀ ਤੋਂ ਰਿਲੇਟਿਡ ਹੀ ਥੋੜਾ ਗੈਸ। 21 ਫੈਬ। ਹੋਰ ਗੈਸ ਕਰੋ, ਪੰਜਾਬੀ ਦੇ ਰਿਲੇਟਿਡ ਹੈ ਕੋਈ ਸਾਡਾ ਦਿਨ? ਨੋ। ਸੋ ਊੜਾ ਐੜਾ ਆਉਂਦਾ ਤੁਹਾਨੂੰ? ਨੋ। ਥੋੜਾ ਬਹੁਤਾ ਆਉਂਦਾ ਹੋਵੇ? ਥੋੜਾ ਬੜਾ। ਹਾਂ ਸੁਣਾ ਦਿਓ ਫਿਰ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਕੱਕਾ ਗੱਗਾ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ 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 ਗੱਗਾ ਗੱਗਾ ਅਈਆਂ ਚਿੱਚਾ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਕੱਕਾ ਗੱਗਾ ਗੱਗਾ ਨੀਆਂ ਚਿੱਚਾ ਚੱਚਾ ਜੱਜਾ ਜੱਜਾ ਵਾਵਾ ਟੈਂਕਾ ਠੱਠਾ ਡੱਡਾ ਡੱਡਾ ਨਾਣਾ ਕੱਕਾ ਥੱਥਾ ਦੱਦਾ ਥੱਦਾ ਨੰਨਾ ਪਾਪਾ ਫਫਾ ਬਾਬਾ ਬਾਬਾ ਮੰਮਾ ਯਾਰਾ ਲਾਲਾ ਲੱਲਾ ਵਾਵਾ ਦਾੜਾ ਸ਼ਿਸ਼ੇ ਪੈਲ ਬਿੰਦੀ ਖਾਵੋਲੇ ਕੱਕੇ ਪੈਲ ਬਿੰਦੀ ਖਾਵੋਲੇ ਗੱਗੇ ਪੈਲ ਬਿੰਦੀ ਖਾਵੋਲੇ ਜੱਜੇ ਪੈਲ ਬਿੰਦੀ ਜਾਵੋਲੇ ਲੱਲੇ ਪੈਲ ਬਿੰਦੀ ਲਾਵੋਲੇ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਗੱਗਾ ਅੰਗਾ ਚੱਚਾ ਛੱਚਾ ਜੱਜਾ ਜੱਜਾ ਵਈਆਂ ਟੈਂਕਾ ਠੱਠਾ ਡੱਡਾ ਡੱਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪਾਪਾ ਫਫਾ ਬਾਬਾ ਬਾਬਾ ਮੰਮਾ ਯਾਰਾ ਲਾਲਾ ਲੱਲਾ ਵਾਵਾ ਡਾਰਾ ਸ਼ਸ਼ੇ ਪੈਰੀ ਬਿੰਦੀ ਖੱਖੇ ਪੈਰੀ ਬਿੰਦੀ ਗੱਗੇ ਪੈਰੀ ਬਿੰਦੀ ਜੱਜੇ ਪੈਰੀ ਬਿੰਦੀ ਫੱਫੇ ਪੈਰੀ ਬਿੰਦੀ ਲੱਲੇ ਪੈਰੀ ਬਿੰਦੀ। ਸੋ ਮੈਂ ਖੁਦ ਕਲੈਪਿੰਗ ਕਰਨਾ ਚਾਹੂੰਗੀ ਯਾਰ, ਬਹੁਤ ਹੀ ਵਧੀਆ ਮੈਮ ਨੇ ਮਤਲਬ ਪੂਰਾ ਊੜਾੜਾ ਸੁਣਾਇਆ। ਸੋ ਮੈਮ ਮਤਲਬ ਅੱਜ ਬਹੁਤ ਖਾਸ ਦਿਨ ਹੈ, ਸਾਡੀ ਮਾਂ ਬੋਲੀ ਦਾ ਦਿਨ ਹੈ, ਤਾਂ ਤੁਸੀਂ ਕੁਛ ਕਹਿਣਾ ਚਾਹੋਗੇ? ਸਾਰੇ ਆਪਣੀ ਮਾਂ ਬੋਲੀ ਨਾਲ ਜੁੜੇ ਰਹੋ। ਹਾਂਜੀ। ਅਤੇ ਅੱਗੋਂ ਦੀ ਅੱਗੋਂ ਸਾਰਿਆਂ ਨੂੰ ਇਨਕਰੇਜ ਕਰੋ ਕਿ ਉਹ ਆਪਣੀ ਮਾਂ ਬੋਲੀ ਹੀ ਬੋਲਣ। ਤੁਸੀਂ ਮੈਮ? ਸੇਮ ਆਹੀ ਜੀ। ਅਸੀਂ ਦੇਖ ਸਕਦੇ ਹਾਂ ਕਿ ਨਾ ਅੱਜ ਕੱਲ੍ਹ ਸਾਡੇ ਪੰਜਾਬੀ ਨੇ ਇੰਨਾ ਇਨੋਵੋਕ ਕੀਤਾ ਜਾਂਦਾ ਕਿ ਨਾ ਪਿੱਛੇ ਹੀ ਹੋ ਰਹੀ ਜਾ ਰਹੀ ਹੈ, ਹਰ ਬਹੁਤ ਜ਼ਿਆਦਾ ਪਿੱਛੇ ਹੋ ਗਈ ਹੈ ਕਿ ਨਾ ਕਿਸੇ ਨੂੰ ਮਤਲਬ ਕਿ ਪੰਜਾਬੀ ਦੇ ਬਾਰੇ ਇੰਨਾ ਪਤਾ ਨਾ ਕੁਛ। ਮੈਂ ਚਾਹੁੰਦੀ ਹਾਂ ਕਿ ਨਾ ਹਰ ਕਾਲਜ ਜਾਂ ਕਿਤੇ ਵੀ ਸਟੇਟ 'ਚ ਅਗਰ ਜਿੱਥੇ ਪੰਜਾਬ ਵਸ ਮਤਲਬ ਕਿ ਪੰਜਾਬੀ ਵਸਦੇ ਨੇ ਉੱਥੇ ਪੰਜਾਬੀ ਪੱਕਾ ਸਿਖਾਈ ਜਾਣੀ ਚਾਹੀਦੀ ਹੈ। ਮੈਂ ਖੁਦ ਜੰਮੂ ਦੀ ਹਾਂ ਅਤੇ ਮੈਨੂੰ ਲੱਗਦਾ ਸਾਡੇ ਉੱਥੇ ਪੰਜਾਬੀ ਬਹੁਤ ਪਿੱਛੇ ਹੈ, ਅਤੇ ਉੱਥੇ ਵੀ ਪੰਜਾਬੀ ਦੀਆਂ ਕਲਾਸਿਸ ਜਾਂ ਕੁਛ ਸਟਾਰਟ ਕੀਤਾ ਜਾਣਾ ਚਾਹੀਦਾ। ਦੇਖੋ ਜਿਵੇਂ ਪੰਜਾਬੀ ਹੈ ਇੱਕ ਬਹੁਤ ਹੀ ਰਿਚ ਲੈਂਗੁਏਜ ਹੈਗੀ ਹੈ ਅਤੇ ਪੰਜਾਬ ਦੇ ਕਲਚਰ ਨੂੰ ਦਰਸਾਉਂਦੀ ਹੈ, ਇਸ ਕਰਕੇ ਹਰੇਕ ਲੈਂਗੁਏਜ ਦਾ ਜਿਵੇਂ ਆਪਣਾ ਇੱਕ ਇੰਪੋਰਟੈਂਸ ਹੁੰਦਾ ਹੈ ਰਾਜ ਦੇ ਵਿੱਚ, ਅਤੇ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਅਤੇ ਬਹੁਤ ਹੀ ਜ਼ਿਆਦਾ ਰਿਸਪੈਕਟਫੁੱਲ ਹੈਗੀ ਹੈ, ਅਤੇ ਅੱਜ ਕੱਲ੍ਹ ਇਹਦਾ ਟਰੈਂਡ ਵੀ ਬਹੁਤ ਵਧੀਆ ਹੋ ਰਿਹਾ, ਜਿਵੇਂ ਕਿ ਪੰਜਾਬੀ ਜਿਹੜੇ ਸੌਂਗਸ ਆ ਉਹ ਇੰਨੀ ਉੱਚਾਈਆਂ ਛੂ ਰਹੇ ਆ, ਇਸ ਕਰਕੇ ਪੰਜਾਬੀ ਲੈਂਗੁਏਜ ਨੂੰ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਆ ਅਤੇ ਇਹਨਾਂ ਦੀ ਰਿਸਪੈਕਟ ਕਰਕੇ ਅੱਜ ਇਹਨਾਂ ਦਾ ਦਿਨ ਆ, ਅਤੇ ਤੁਹਾਨੂੰ ਵੀ ਬਹੁਤ ਬਹੁਤ ਇਹਦੀ ਵਧਾਈ। ਮੈਂ ਵੀ ਇਹ ਕਹਿਣਾ ਚਾਹੂੰਗੀ ਕਿ ਪੰਜਾਬੀ ਮਾਂ ਬੋਲੀ ਹੈ ਅਤੇ ਇਸ ਕਰਕੇ ਇਹਨੂੰ ਨਹੀਂ ਕਦੀ ਭੁੱਲਣਾ ਚਾਹੀਦਾ, ਜੇ ਤੁਹਾਨੂੰ ਇੰਟਰਸਟ ਆ ਬਾਕੀ ਲੈਂਗੁਏਜ ਵਿੱਚ ਤੁਸੀਂ ਉਹ ਸਿੱਖ ਲਓ, ਬਟ ਪੰਜਾਬੀ ਮੇਨ ਹੋਣੀ ਚਾਹੀਦੀ। ਬਿਲਕੁਲ, ਭਾਸ਼ਾ ਸਾਨੂੰ ਸਾਰੀ ਆਉਣੀ ਚਾਹੀਦੀ ਹੈ ਪਰ ਆਪਣੀ ਮਾਂ ਬੋਲੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਸਾਨੂੰ ਮਾਣ ਹੈ ਸਾਡੀ ਪੰਜਾਬੀ ਬੋਲੀ 'ਤੇ ਕਿ ਅਸੀਂ ਪੰਜਾਬ ਦੇ ਜੰਮੇ ਜਾਏ ਹਾਂ,
ਅਤੇ ਮਾਂ ਬੋਲੀ ਲਈ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਾਡੀ ਪੰਜਾਬ ਦੀ ਜਿਹੜੀ ਮਾਂ ਬੋਲੀ ਪੰਜਾਬੀ ਆ, ਜਿਹੜੀ ਸਾਡੀ ਗੁਰੂਆਂ ਦੁਆਰਾ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਆ, ਉਹਨੂੰ ਸਾਨੂੰ ਗਵਾਉਣਾ ਨਹੀਂ ਚਾਹੀਦਾ। ਜਿਵੇਂ ਕਿ ਅੱਜ ਬਹੁਤ ਮਾਡਰਨ ਹੋ ਗਏ ਆ ਸਾਰੇ ਲੋਕ, ਬਹੁਤ ਮਾਡਰਨਿਸਟਿਕ ਸਾਰਿਆਂ ਦੀ ਸੋਚ ਹੋ ਗਈ ਆ, ਸਾਰੇ ਅੰਗਰੇਜ਼ੀ ਦੇ ਪਿੱਛੇ ਭੱਜਦੇ ਆ, ਸਾਰੇ ਬਾਹਰ ਜਾਈ ਜਾਂਦੇ ਆ ਅੰਗਰੇਜ਼ੀ ਸਿੱਖ ਸਿੱਖ ਕੇ। ਅਤੇ ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਆਪਣੀ ਜਿਹੜੀ ਮਾਂ ਬੋਲੀ ਆ ਉਹਦਾ ਵੱਧ ਤੋਂ ਵੱਧ ਯੂਜ਼ ਕਰੋ, ਅਤੇ ਉਹਨੂੰ ਬੋਲਣ ਦੇ ਵਿੱਚ ਬਿਲਕੁਲ ਸ਼ਰਮਿੰਦਗੀ ਮਹਿਸੂਸ ਨਾ ਕਰੋ। ਜਿੱਦਾਂ ਕਿ ਕਈ ਲੋਕ ਕਰਦੇ ਕੀ ਆ, ਆਪਣੇ ਬੱਚਿਆਂ ਨੂੰ ਪੰਜਾਬ 'ਚ ਰਹਿ ਕੇ ਪੰਜਾਬੀ ਬੋਲਣ ਤੋਂ ਰੋਕਦੇ ਆ। ਬਿਲਕੁਲ ਸਹੀ ਕਿਹਾ ਮੈਮ ਨੇ, ਬਿਲਕੁਲ ਸਹੀ, ਇਹ ਚੀਜ਼ ਨਹੀਂ ਕਰਨੀ ਚਾਹੀਦੀ। ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਸਾਡੀ ਪੰਜਾਬ ਆ, ਆਪਾਂ ਪੰਜਾਬ 'ਚ ਰਹਿੰਦੇ ਹਾਂ, ਤਾਂ ਪੰਜਾਬੀ ਬੋਲਣ 'ਚ ਕਿਹੜੀ ਸ਼ਰਮ ਆ? ਕਿ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ, ਤੁਸੀਂ ਬਾਕੀ ਚੀਜ਼ਾਂ ਬੋਲ ਸਕਦੇ ਹੋ, ਤਾਂ ਇਹ 'ਚ ਸ਼ਰਮ ਕਿਸ ਚੀਜ਼ ਦੀ ਆ? ਅਤੇ ਇਹ ਸ਼ਰਮਾਉਣਾ ਬਿਲਕੁਲ ਹੀ ਗਲਤ। ਬਿਲਕੁਲ ਸਹੀ ਕਿਹਾ ਮੈਮ ਨੇ ਕਿ ਪੰਜਾਬ 'ਚ ਰਹਿ ਕੇ ਅਗਰ ਅਸੀਂ ਪੰਜਾਬੀ ਨਹੀਂ ਨਾ ਬੋਲ ਰਹੇ, ਤਾਂ ਮੈਨੂੰ ਲੱਗ ਰਿਹਾ ਕਿ ਅਸੀਂ ਬਹੁਤ ਗਲਤ ਕਰ ਰਹੇ ਆਪਣੀ ਪੰਜਾਬੀ ਬੋਲੀ ਨਾਲ, ਅਸੀਂ ਇਨਸਲਟ ਕਰ ਰਹੇ ਉਸ ਚੀਜ਼ ਦੀ। ਅਗਰ ਅਸੀਂ ਇੰਗਲਿਸ਼ ਨੂੰ ਦਿੰਦੇ ਹਾਂ ਕਿ ਅਸੀਂ ਇੰਗਲਿਸ਼ ਬੋਲਣੀ ਆ, ਹਿੰਦੀ ਬੋਲਣੀ ਆ, ਤਾਂ ਪੰਜਾਬ 'ਚ ਰਹਿ ਕੇ ਪੰਜਾਬੀ ਕਿਉਂ ਨਹੀਂ ਬੋਲਣੀ ਹੈ? ਸੋ ਥੈਂਕ ਯੂ ਮੈਮ, ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ। ਅਸੀਂ ਆਪਣੇ ਕਾਲਜ ਦੀਆਂ ਕੁੜੀਆਂ ਤੋਂ ਮਿਲੇ ਅਤੇ ਸਵਾਲ ਜਵਾਬ ਵੀ ਕੀਤੇ, ਅਤੇ ਉਹਨਾਂ ਨੇ ਬਹੁਤ ਹੀ ਪਿਆਰੇ ਸ਼ਬਦਾਂ ਨਾਲ ਉਸ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਅਤੇ ਮੈਨੂੰ ਲੱਗਦਾ ਹੈ ਕਿ ਯਾਰ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈ ਕਿ ਸਾਨੂੰ ਆਪਣੀ ਪੰਜਾਬੀ ਬੋਲੀ ਨੂੰ, ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਨੂੰ ਮਤਲਬ ਭੁੱਲਣਾ ਨਹੀਂ ਚਾਹੀਦਾ। ਉਹਨਾਂ ਨੇ ਆਪ ਹੀ ਇੰਨੇ ਪਿਆਰੇ ਸ਼ਬਦਾਂ ਨਾਲ ਸਾਨੂੰ ਦੱਸਿਆ ਕਿ ਸਾਨੂੰ ਹਿੰਦੀ ਇੰਗਲਿਸ਼ ਨਾਲ ਜ਼ਿਆਦਾ ਪੰਜਾਬ 'ਚ ਰਹਿ ਕੇ ਅਗਰ ਅਸੀਂ ਪੰਜਾਬੀ ਨੂੰ ਇੰਪੋਰਟੈਂਸ ਨਹੀਂ ਦਊਂਗੇ ਤਾਂ ਮਤਲਬ ਬੇਕਾਰ ਹੈ ਚੀਜ਼। ਸੋ ਮੈਨੂੰ ਲੱਗਦਾ ਸਹਿਰ ਬਹੁਤ ਹੀ ਮੈਨੂੰ ਵਧੀਆ ਰਿਸਪੋਂਸ ਵੀ ਮਿਲਿਆ, ਅਤੇ ਕਈਆਂ ਨੂੰ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਦੱਸਿਆ ਜਿਹਨਾਂ ਨੂੰ ਨਹੀਂ ਪਤਾ ਸੀਗਾ ਕਿ ਅੱਜ ਕਿਹੜਾ ਦਿਨ ਹੈ ਅਤੇ ਮਤਲਬ ਸਾਨੂੰ ਇਸ ਦਿਨ ਨੂੰ ਮਨਾਉਣਾ ਚਾਹੀਦਾ। ਅਸੀਂ ਤਾਂ ਬਹੁਤ ਵਧੀਆ ਤਰੀਕੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ, ਅਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ। ਤਾਂ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ MCVP ਡਿਪਾਰਟਮੈਂਟ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਲਾਈਕ, ਸ਼ੇਅਰ, ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ। ਤੁਸੀਂ ਕਹਿਣਾ ਚਾਹੋਗੇ ਸਰ ਕੁਛ? ਨਹੀਂ।